ਪੇਨਿੰਗ ਦੀ ਖੂਬਸੂਰਤੀ ਦੀ ਗੱਲ ਕੀਤੀ ਜਾਵੇ ਤੇ ਇਹਨੂੰ ਮਲੇਸ਼ੀਆ ਦਾ ਦਿਲ ਕਿਹਾ ਜਾਂਦਾ ਹੈ ਇਸ ਸਮੁੰਦਰ ਦੇ ਵਿੱਚ ਤੈਰਦੀ ਹੋਈ ਮਸਜਿਦ ਪੇਨਿੰਗ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੀ ਹੈ ਮੈਂ ਆਪਣਾ ਚਨਲ ਸ਼ਕਾ ਕੇ ਅੱਜ ਮਸਜਿਦ ਵਿੱਚ ਝੂਮਾ ਫੜਨ ਪਹੁੰਚਿਆ ਦੋਸਤੋ ਮੈਂ ਜਾ ਰਹਾ ਹਾਂ ਜੁਮੇ ਕੀ ਨਮਾਜ਼ ਪੜਨੇ ਔਰ ਇਹ ਗਲਾਸੇਸ ਮੇਰਾ ਦੋਸਤ ਜੋ ਪਾਕਿਸਤਾਨ ਸੇ ਆਇਆ ਥਾ ਉਹ ਭੁੱਲ ਗਿਆ ਹੈ ਇਹ ਇੱਕ ਹੋਰ ਮੇਰਾ ਦੋਸਤ ਫੇਰ ਗਲਾਸੇਸ ਭੁੱਲ ਗਿਆ ਰਾਤ ਕੋ ਫੋਨ ਆਇਆ ਮੇਰੀਆਂ ਨੂੰ ਵਾਪਸ ਕਰ ਮੈਂ ਮਾਰਚ ਅਲਾਵਾ ਉਹ ਸੀਦਾ ਨਹੀਂ ਹੈ ਸੀਦਾ ਵਲੋਗਰ ਮੈਂ ਨੇ ਕਹਾ ਭਰਾਵਾ ਤੂੰ ਆਪੇ ਪਤਾ ਨਹੀਂ ਮੇਰੇ ਬੈ उसकी हम वापस करेंगे और ये मेरा जो फ्रेंड है पाकिस्तान वाला वो भूल गया वो तो नहीं लेने आ सकता <laughs> प्राइवेट बस से चढ़ के रात नजारे चेक करके मस्जिद के सामने लथ के फिर पहाड़ी से चढ़ के तानू लॉन्ग शॉट व्यू चेक करवाया वेखो थानू कार बैठे वेख के कि मजा आया ਅਜ਼ਾਨ ਸ਼ੁਰੂ ਹੋ ਗਈ ਮੇਰੇ ਭਾਈ ਫਿਰ ਮੈਂ ਫਟਾਫਟ ਦੁਰਕੀ ਲਈ ਮਸਜਿਦ ਦੀ ਇੰਟਰਸ ਪਾਣੂ ਜ਼ਮੀਨੀ ਰਾਹਤੇ ਤੋਂ ਲੈ ਕੇ ਜਾਂਦੇ ਹੋਏ ਸਿੱਧੇ ਸਮੁੰਦਰ ਦੇ ਉੱਤੇ ਲੈ ਜਾਂਦੀ ਏ ਤੇ ਦੇਖਦੇ ਆ ਤੁਹਾਡੇ ਦਿਲ ਤੋਂ ਇੱਕ ਹੀ ਆਵਾਜ਼ ਆਂਦੀ ਆ ਮਾਸ਼ਾਅੱਲਾ ਸੁਭਾਨ ਅੱਲਾਹ ਅਲਹਮਦੁਲਿਲਾ ਆਲੇ ਦੁਆਲੇ ਤੇ ਬਹੁਤ ਹੀ ਖੂਬਸੂਰਤ ਤੇ ਹਸੀਨ ਨਜ਼ਾਰੇ ਤੁਹਾਡੀ ਰੂਹ ਨੂੰ ਸਰਸ਼ਾਰ ਕਰਦੇ ਜਾਂਦੇ ਨੇ ਖੁਤਬਾ ਸ਼ੁਰੂ ਹੋ ਗਿਆ ਤੇ ਅਸੀਂ ਵੀ ਨਸਪਾਜ ਕੇ ਫਟਾਫਟ ਆਪਣੀ ਵਜ਼ੂ ਵਾਲੀ ਜਗ੍ਹਾ ਤੇ ਪਹੁੰਚੇ ਮਲੇਸ਼ੀਆ ਵਿੱਚ ਵਜ਼ੂ ਵਾਲੀਆਂ ਟੂਟੀਆਂ ਬਹੁਤ ਘੱਟ ਜਗ੍ਹਾ ਤੇ ਲੱਗੀਆਂ ਹੁੰਦੀਆਂ ਇੱਕ ਵੱਡੀ ਜੀ ਹੋਦੀ ਵਿੱਚ ਪਾਣੀ ਹੁੰਦਾ ਤੇ ਉਹਦੇ ਵਿੱਚ ਹੀ ਸਾਰੇ ਵਜ਼ੂ ਕਰਦੇ ਨੇ ਵਜ਼ੂ ਕਰਕੇ ਬਾਹਰ ਆਂਦੇ ਮੈਨੂੰ ਫਰੀ ਦੇ ਜੂਸ ਨਜ਼ਰ ਆ ਗਏ ਫੇ ਮੈਂ 10 ਬਾਰਾ ਗਲਾਸ ਪੀਤੇ ਕਦੀ ਖਾਲਾ ਕਦੀ ਲਾਲ ਕਦੀ ਖਾਲਾ ਕਦੀ ਲਾਲ ਫੇ ਮੈਂ ਘੁੰਮ ਕੇ ਤੁਹਾਨੂੰ ਮਸਜਿਦ ਦੀ ਬੈਕ ਸਾਈਡ ਦਾ ਸਾਰਾ ਜ਼ਬਰਦਸਤ ਜਿਹਾ ਵਿਊ ਚੈੱਕ ਕਰਵਾਇਆ ਜੰਨਹ ਖੂਬਸੂਰਤ ਬਾਹਰ ਵਾਲਾ ਹਿੱਸਾ ਸੀਗਾ ਉਤੋਂ ਡਬਲ ਖੂਬਸੂਰਤ ਅੰਦਰ ਵਾਲਾ ਹਿੱਸਾ ਸੀਗਾ हॉल एड्डा वाला है इतने दो हजार बंद भी नमाज पढ़ सकते हैं जुमे की नमाज पढ़ के मैं अपने सारे पाकिस्तानी पहन दुआ की थी मैं अपने दुआ की बयान चीख चीख कर रहा है जिस कोने भी जाओ तुम लगता है किसी होर दुनिया आयो हो। सारे नमाजी चले गए थे मैं आराम बह के चौड़ा जूस पच गया से फिर मैं सारा चढ़ाया मेनू बड़ा ही मजा आया दिलकश से हसीन

ਮੇਰਾ ਦਿਲ ਇਸ ਮਸਜਿਦ ਨੂੰ ਵੇਖ ਵੇਖ ਕੇ ਰਜਦਾ ਹੀ ਨਹੀਂ ਪਿਆ ਸੀਗਾ ਤੇ ਉੱਥੋਂ ਇੱਕ ਖੂਬਸੂਰਤ ਜਿਹਾ ਕਬੂਤਰ ਉੱਡ ਕੇ ਤੇ ਇਹਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਸੀਗੇ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਇੱਕ ਸੋਲਰ ਟਰੈਵਲਰ ਵਾਸਤੇ ਸਾਰੇ ਸ਼ਾਰਟਸ ਲੈਣ ਬਹੁਤ ਹੀ ਔਖੇ ਹੁੰਦੇ ਨੇ ਜਿਹੜੇ ਲੋਕ ਮੇਰੇ ਵਲੌਗ ਦੇਖਦੇ ਨੇ ਤੇ ਮੈਨੂੰ ਸਪੋਰਟ ਕਰਦੇ ਨੇ ਅੱਲਾਹ ਤਾਲਾ ਉਹਨਾਂ ਦੀ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰੇ ਉਹਨਾਂ ਦੇ ਰਿਸਕ ਵਿੱਚ ਬਰਕਤ ਸਿਹਤ ਵਾਲੀ ਜ਼ਿੰਦਗੀ عطا ਫਰਮਾਏ ਤੇ ਜਿਹੜੇ ਲੋਕ ਨਹੀਂ ਵੇਖਦੇ ਅੱਲਾਹ ਉਹਨਾਂ ਨੂੰ ਵੇਖਣ ਦੀ ਤੌਫੀਕ ਦੇਵੇ ਆਮੀਨ ਆਪਣਾ ਬਹੁਤ ਸਾਰਾ ਰੱਖਿਓ ਖਿਆਲ ਤੇ